ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਨਮਸਕਾਰ, ਸਾਂਝ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਰੂਪ ਲੈ ਕੇ ਹਾਜ਼ਰ ਹਾਂ ਇੱਕ ਖਾਸ ਖਬਰ। ਨਸ਼ੇ ਨਾਲ ਮਰੇ ਪੁੱਤ ਦੇ ਭੋਗ ਤੇ ਮਾਂ ਨੇ ਕੁਝ ਵੱਖਰਾ ਕਰਕੇ ਨੌਜਵਾਨ ਪੀੜ੍ਹੀ ਨੂੰ ਇਸ ਦਲਦਲ ਤੋਂ ਬਚਣ ਦੀ ਅਪੀਲ ਕੀਤੀ। ਪੀੜਤ ਮਾਂ ਨੇ ਵਿਰਲਾਪ ਕਰਦਿਆਂ ਪਿੰਡ ਵਿੱਚ ਨਸ਼ਿਆਂ ਖਿਲਾਫ ਰੈਲੀ ਕੱਢ ਦੂਜੇ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿਣ ਦੀ ਅਪੀਲ ਕੀਤੀ। ਪੀੜਤ ਮਾਂ ਨੇ ਸਰਕਾਰਾਂ ਨੂੰ ਵੀ ਲੰਮੇ ਹੱਥੀ ਲਿਆ। ਨਸ਼ੇ ਨਾਲ ਜ਼ਿੰਦਗੀ ਗਵਾ ਚੁੱਕੇ ਪੁੱਤ ਦੇ ਭੋਗ ਤੇ ਮਾਂ ਨੇ ਮਰੇ ਪੁੱਤ ਦੀ ਫੋਟੋ ਲੈ ਕੇ ਪਿੰਡ ਵਿੱਚ ਨਸ਼ਿਆਂ ਖਿਲਾਫ ਰੈਲੀ ਕੱਢ ਕੇ ਦੂਜੇ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿਣ ਦੀ ਅਪੀਲ ਕੀਤੀ। ਮਾਮਲਾ ਹੈ ਗੁਰਦਾਸਪੁਰ ਦੇ ਪਿੰਡ ਭਾਲੋਵਾਲੀ ਦਾ, ਜਿੱਥੇ 10 ਦਿਨ ਪਹਿਲਾਂ ਨਸ਼ੇ ਕਾਰਨ 25 ਸਾਲ ਦੇ ਨੌਜਵਾਨ ਲਵਦੀਪ ਸਿੰਘ ਦੀ ਮੌਤ ਹੋ ਗਈ ਅਤੇ ਉਸਦੇ ਭੋਗ ਮੌਕੇ ਉਸਦੀ ਮਾਂ ਨੇ ਪਿੰਡ ਦੇ ਦੂਸਰੇ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਣ ਲਈ ਪਿੰਡ ਵਿੱਚ ਨਸ਼ਿਆਂ ਖਿਲਾਫ ਰੈਲੀ ਕੱਢ ਕੇ ਦੂਜੇ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿਣ ਦੀ ਅਪੀਲ ਕੀਤੀ। ਇਸ ਮੌਕੇ ਵਿਰਲਾਪ ਕਰਦਿਆਂ ਮ੍ਰਿਤਕ ਨੌਜਵਾਨ ਦੀ ਮਾਤਾ ਚਰਨਜੀਤ ਕੌਰ ਨੇ ਕਿਹਾ ਹੈ ਕਿ ਉਸਦਾ ਲੜਕਾ ਤਾਂ ਨਸ਼ਿਆਂ ਦੀ ਭੇਟ ਚੜ ਚੁੱਕਾ ਹੈ, ਪਰ ਆਪਣੇ ਪੁੱਤਰਾਂ ਨੂੰ ਇਸ ਅਲਾਮਤ ਤੋਂ ਬਚਾ ਲਓ। ਇੱਥੇ ਸਰਕਾਰਾਂ ਕੁਝ ਨਹੀਂ ਕਰ ਰਹੀਆਂ, ਸਿਰਫ ਲਾਰੇ ਤੇ ਵਾਅਦੇ ਕਰਕੇ ਮੁੱਕਰ ਜਾਂਦੀਆਂ ਹਨ। ਤਾਂ ਹੀ ਤਾਂ ਸਾਡੇ ਨੌਜਵਾਨ ਸਾਡੇ ਹੱਥਾਂ ਵਿੱਚ ਹੀ ਦਮ ਤੋੜ ਜਾਂਦੇ ਹਨ ਅਤੇ ਅਸੀਂ ਰੋਣ ਕੁਰਲਾਉਣ ਲਈ ਲੈ ਜਾਂਦੇ ਹਾਂ। ਔਰ ਵਾਇਰਲ ਜਿੱਦਾਂ ਫੈਲ ਗਿਆ ਹੈਗਾ, ਔਰ ਕਦੋਂ ਜਾਗੋਗੇ? ਗੌਰਮੈਂਟ ਵੀ ਜਾਗੋ ਕਰਨੀ ਚਾਹੀਦੀ ਹੈ, ਸਭ ਨੂੰ ਸਪੋਰਟ ਕਰਨਾ ਚਾਹੀਦਾ ਹੈ। ਸਿੱਖਿਅਤ ਹੁਣ ਜਗਾਉਣਾ ਹੈ, ਹੁਣ ਟਾਈਮ ਆ ਗਿਆ ਇੱਦਾਂ ਦਾ। ਟੈਨ% ਸਾਡੇ ਠੀਕ ਹੈ, ਔਰ 90% ਤਾਂ ਸਾਡੇ ਬਰਬਾਦ ਹੋ ਚੁੱਕਿਆ ਹੈ। ਪਿੰਡ ਸਾਰੇ ਬਰਬਾਦ ਹੋ ਚੁੱਕੇ, ਗਾਂ ਇੱਦਾਂ ਹੁਣੇ ਸਮਝ ਜਾ ਸਾਰੇ। ਸਭ ਨੂੰ ਬੇਨਤੀ ਹੈ ਮੇਰੇ ਵੱਲੋਂ ਕਿ ਗੌਰਮੈਂਟ ਵਾਲਿਆਂ ਨੂੰ ਇਹ ਕਰਨਾ ਚਾਹੀਦਾ ਹੈ, ਇੰਟਰਸਟ ਲੈਣਾ ਚਾਹੀਦਾ ਹੈ ਰੈਲੀ ਇਸ ਵਾਸਤੇ ਕਿ ਨਸ਼ਾ ਮੁਕਤੀ ਨੂੰ ਇਹ ਕਰੋ, ਖਤਮ ਕਰੋ ਇਹ ਸਭ, ਔਰ ਅੱਗੇ ਆ ਕੇ ਸਭ ਨੂੰ ਸਪੋਰਟ ਕਰੋ, ਅੱਗੇ ਜੁੜੋ ਨਾਲ। ਅੱਜ ਬੜੇ ਦੁੱਖ ਨਾਲ ਸਾਨੂੰ ਕਹਿਣਾ ਪੈ ਰਿਹਾ, ਜਿਹੜੇ ਸਾਰਿਆਂ ਨੇ ਸਰਕਾਰਾਂ ਦੇ ਵਾਅਦੇ ਸੀਗੇ ਕਿ ਅਸੀਂ ਆ ਕੇ ਆਹ ਕਰਾਂਗੇ ਉਹ ਕਰਾਂਗੇ, ਉਹ ਜ਼ੀਰੋ ਹੁੰਦੇ ਦਿਸ ਰਹੇ ਆ। ਜੇ ਥੋੜ੍ਹੇ ਵੀ ਵਾਅਦੇ ਪੂਰੇ ਹੁੰਦੇ ਤਾਂ ਅੱਜ ਸਾਡਾ ਭਰਾ ਹੀ ਗਵਾਉਂਦੇ ਨਾ। ਸਾਡੇ ਅਤੇ ਸਾਡੇ ਪਿੰਡ ਵਾਸੀਆਂ ਤੋਂ ਲੈ ਕੇ ਸ਼ਹਿਰਾਂ ਤੱਕ ਸਭ ਨੂੰ ਪਤਾ ਕਿ ਸਾਡੇ ਪਿੰਡ ਦੇ ਲਾਗੇ ਲਾਗੇ ਨਸ਼ੇ ਵਿਕ ਰਹੇ ਆ। ਹਰੇਕ ਨੂੰ ਪੁੱਛ ਲਓ, ਉਹ ਫਲਾਨਾ ਬੁੱਢਾ ਇੱਥੇ ਵਿਕ ਰਿਹਾ, ਉਹ ਕਹਿੰਦਾ ਮਾਨੀ ਖੈਰੀ ਵਿਕ ਰਿਹਾ। ਜੇ ਸਾਨੂੰ ਪਤਾ ਹੋ ਸਕਦਾ ਤਾਂ ਕੀ ਕਿਸੇ ਨੂੰ ਨਹੀਂ ਪਤਾ ਹੋਊਗਾ? ਸਾਰਿਆਂ ਨੂੰ ਪਤਾ ਹੈ ਜੀ, ਪਰ ਕੋਈ ਕੁਛ ਕਰ ਨਹੀਂ ਰਿਹਾ, ਕਿਉਂਕਿ ਉਹਨਾਂ ਦੇ ਮੁੰਡੇ ਹੁਣੇ ਮਰ ਨਹੀਂ ਰਹੇ ਹੈਗੇ। ਉਹ ਵੀ ਜ਼ਿਆਦਾ ਦਿਨ ਦੂਰ ਨਹੀਂ ਹੈਗਾ ਜਦੋਂ ਉਹਨਾਂ ਨੂੰ ਆਪ ਨੂੰ ਚੱਕ ਕੇ ਲੈ ਕੇ ਜਾਣਾ ਪਊਗਾ, ਫਿਰ ਉਸ ਦਿਨ ਦੁੱਖ ਲੱਗੂਗਾ। ਅਸੀਂ ਵੀ ਸੁਣਦੇ ਹੁੰਦੇ ਸੀ ਲੋਕੀ ਜੋ ਕਹਿਣਾ ਕਿ ਉਹ ਮਰ ਗਿਆ, ਮੈਂ ਕਿਹਾ ਕਿਉਂ ਕਰਦੇ ਇੰਨੇ ਰੈਲੀਆਂ ਇਹ ਸਭ? ਅੱਜ ਸਾਨੂੰ ਦੁੱਖ ਦਾ ਮਹਿਸੂਸ ਹੋ ਰਿਹਾ ਕਿ ਜਦੋਂ ਸਾਡਾ ਆਪਦਾ ਗਿਆ ਕਿੰਨਾ ਦੁੱਖ ਹੁੰਦਾ। ਜਵਾਨ ਪੁੱਤਰ ਵਿਆਹਣ ਦੀ ਉਮਰ ਸੀਗੀ, ਉਹਨੂੰ ਤੁਰ ਕੇ ਆਏ ਹਾਂ। ਮੈਂ ਕੈਨੇਡਾ ਤੋਂ ਸਪੈਸ਼ਲ, ਅਸੀਂ ਵੀ ਆਪਣੀ ਲਾਈਫਾਂ 'ਚ ਬਿਜ਼ੀ ਹੈਗੇ ਸੀਗੇ, ਪਰ ਛੱਡ ਕੇ ਆਏ ਹਾਂ ਅਤੇ ਖੁੱਲ੍ਹੇ ਟਾਈਮ ਲੈ ਕੇ ਆਏ ਕਿ ਅਸੀਂ ਕਹਿ ਕੇ ਆਏ ਹਾਂ ਕਿ ਅਸੀਂ ਚੱਲੇ ਹਾਂ ਆਪਣੇ ਪਿੰਡ, ਆਪਣੇ ਸ਼ਹਿਰ, ਆਪਣੇ ਮੁਲਕ ਚੱਲੇ ਹਾਂ, ਜਿਹਨੇ ਸਾਨੂੰ ਇੰਨੀ ਰੋਟੀ ਦਿੱਤੀ ਹੈ ਹਰ ਪਾਸੇ। ਅਤੇ ਮੇਰਾ ਵੀਰ ਬਹੁਤ ਹੀ ਪਿਆਰਾ ਬੱਚਾ ਸੀਗਾ, ਪਰ ਉਹਨੂੰ ਜੋਬ ਲੱਭਦੇ ਲੱਭਦੇ ਥੱਕ ਗਿਆ। ਫਿਰ ਐਸੀ ਜੋਬ ਉਹਨੂੰ ਮਿਲੀ ਆ ਨਾਲ ਜਾ ਕੇ ਘੁੰਮਣ ਦੀ, ਕਹਿੰਦੇ ਸੀ ਆਹ ਦਵਾ ਦਾਂਗੇ ਉਹ ਕਾਰ ਦਾਂਗੇ, ਗੱਡੀ 'ਚ ਬਿਠਾ ਕੇ ਲੈ ਜਾਣਾ ਇਹ ਲੋਕਾਂ ਨੇ। ਅਤੇ ਮੁੜ ਕੇ ਜੀ ਹੌਲੀ ਹੌਲੀ ਕਰਕੇ ਉਹਨੂੰ ਨਸ਼ੇ ਦੇ ਤੇ, ਆਹ ਲੈ ਤੂੰ ਵੀ ਖਾ ਤੂੰ ਵੀ ਖਾਓ, ਅਤੇ ਨੌਕਰੀਆਂ ਦੇ ਤਾਂ ਕੋਈ ਫਾਇਦਾ ਹੋਇਆ ਹੀ ਨਹੀਂ, ਨਸ਼ੇ ਲੈ ਕੇ ਬਹਿ ਗਏ ਸਾਡੇ। ਸੋ ਲੋੜ ਹੈ ਨਸ਼ੇ ਦੇ ਇਸ ਕੋਟ ਤੋਂ ਬਚਣ ਦੀ ਅਤੇ ਇਸ ਦਲਦਲ ਵਿੱਚ ਫਸੇ ਨੌਜਵਾਨਾਂ ਨੂੰ ਇਸ ਚੋਂ ਕੱਢਣ ਦੀ, ਤਾਂ ਜੋ ਫਿਰ ਕੋਈ ਮਾਂ ਆਪਣੇ ਪੁੱਤਰ ਦੀ ਮੌਤ ਤੇ ਇੰਜ ਵਿਰਲਾਪ ਨਾ ਕਰੇ। ਗੁਰਦਾਸਪੁਰ ਤੋਂ ਸੁਖਵੀਰ ਸਿੰਘ ਦੀ ਰਿਪੋਰਟ। ਨਵੀਆਂ ਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ YouTube ਚੈਨਲ ਸਬਸਕ੍ਰਾਈਬ ਕਰੋ। ਸਾਂਝ ਟੀਵੀ ਤੇ ਸਿਰਫ ਖਬਰਾਂ ਜਾਣਨ ਦੇ ਲਈ ਨਹੀਂ, ਸੱਭਿਆਚਾਰਕ ਪ੍ਰੋਗਰਾਮ, ਖਾਸ ਮੁਲਾਕਾਤ, ਖਾਸ ਮੁਲਾਕਾਤ ਦੇ ਵਿੱਚ ਸੋਸ਼ਲ ਇਸ਼ੂ, ਪੋਲੀਟੀਕਲ ਇਸ਼ੂ, ਇਹਨਾਂ ਸਾਰੇ ਇਸ਼ੂਜ਼ ਨੂੰ ਜਾਣਨ ਦੇ ਲਈ ਸਬਸਕ੍ਰਾਈਬ ਕਰੋ ਆਪਣਾ YouTube ਚੈਨਲ ਸਾਂਝ।